ਤੁਸੀਂ ਕੀ ਹੈ ਜਗਤ ਦਾ ਚਾਨਣ ਹੈ ਉਹ ਕਾਹਦਾ ਰੱਬ ਜੋ ਉਹ ਕਾਹਦਾ ਰੱਬ ਜੋ ਕੀ ਕਰਦਾ ਆ ਦੂਸਰਿਆਂ ਕੋ ਚਾਨਣ ਮੰਗਦਾ ਉਹ ਕਾਹਦਾ ਰੱਬ ਆ ਉਹ ਹੈ ਜਿਹੜਾ ਦੂਜਿਆਂ ਨੂੰ ਕਹਿੰਦਾ ਮੈਨੂੰ ਚਾਨਣ ਦੇ ਮੇਰੇ ਲਈ ਦੀਵਾ ਜਗਾ ਮੇਰੇ ਲਈ ਜੋਤ ਜਗਾ ਉਹ ਕਾਹਦਾ ਰੱਬ ਆ ਜਿਹਨੂੰ ਆਪ ਆਪ ਚਾਨਣ ਦੀ ਲੋੜ ਆ ਯਿਸੂ ਮਸੀਹ ਨੂੰ ਜਗਾਉਣ ਦੀ ਲੋੜ ਨਹੀਂ ਆ ਯਿਸੂ ਮਸੀਹ ਤੇ ਖੁਦ ਯਕਤ ਦਾ ਚਾਨਣ ਆ ਯਿਸੂ ਮਸੀਹ ਕਹਿੰਦੇ ਨੇ ਕਿ ਜਿਹੜਾ ਮੇਰੇ ਪਿੱਛੇ ਚੱਲਦਾ ਹੈ ਉਹ ਕਦੇ ਨੇਰੇ ਚ ਨਹੀਂ ਚੱਲੇਗਾ ਉਹਦੀ ਜ਼ਿੰਦਗੀ ਚ ਨੇਰਾ ਨਹੀਂ ਆਏਗਾ ਉਹਦੀ ਜ਼ਿੰਦਗੀ ਚ ਉਹਦੇ ਘਰ ਚ ਉਹਦੇ ਪਰਿਵਾਰ ਚ ਚਾਨਣ ਹੀ ਚਾਨਣ ਹੋ ਜਾਏਗਾ ਉਹਨੂੰ ਜਗਾਉਣ ਦੀ ਜ਼ਰੂਰਤ ਨਹੀਂ ਆ ਯਿਸੂ ਮਸੀਹ ਨੂੰ ਜਗਾਉਣ ਦੀ ਜ਼ਰੂਰਤ ਨਹੀਂ ਆ ਯਿਸੂ ਮਸੀਹ ਖੁਦ ਚਾਨਣ ਆ ਤੇ ਚਾਨਣ ਕੋ ਚੋਰ ਭੱਜਦੇ ਨੇ ਚਾਨਣ ਦੇ ਸਾਹਮਣੇ ਡਾਕੂ ਨਹੀਂ ਆਉਂਦੇ ਜਿੰਨੇ ਵੀ ਪੁੱਠੇ ਕੰਮ ਜਿੰਨੇ ਵੀ ਬੁਰੇ ਬੁਰੇ ਕੰਮ ਚੋਰੀ ਲਚਾਰੀ ਬੁਰੇ ਭੋਗ ਬਲਾਸ ਸਾਰੇ ਦੇ ਸਾਰੇ ਕਿੱਥੇ ਹੁੰਦੇ ਨੇ ਨੇਰੇ ਦੇ ਵਿੱਚ ਤੇ ਨੇਰਾ ਚਾਨਣ ਨੂੰ ਪਸੰਦ ਨਹੀਂ ਆ ਇਸੇ ਤਰ੍ਹਾਂ ਮੇਰੇ ਭੈਣ ਭਰਾਵੋ ਯਿਸੂ ਮਸੀਹ ਇਸੇ ਕਰਕੇ ਪਸੰਦ ਨਹੀਂ ਆ ਕਿਉਂਕਿ ਯਿਸੂ ਮਸੀਹ ਨਾ ਤੇ ਬੁੱਤਾਂ ਦੀ ਪੂਜਾ ਕਰਨ ਦਿੰਦਾ ਨਾ ਬੁਰੇ ਕੰਮ ਕਰਨ ਦਿੰਦਾ ਨਾ ਝੂਠ ਬੋਲਣ ਦਿੰਦਾ ਨਾ ਗਾਲਾਂ ਕੱਢਣ ਦਿੰਦਾ ਕਿਉਂਕਿ ਗਾਲਾਂ ਕੱਢਣ ਵਾਲੇ ਯਿਸੂ ਨੂੰ ਪਸੰਦ ਨਹੀਂ ਆ ਬੁੱਤ ਪ੍ਰਸਤੀ ਕਰਨ ਵਾਲੇ ਯਿਸੂ ਨੂੰ ਪਸੰਦ ਨਹੀਂ ਆ ਕਿਉਂਕਿ ਪ੍ਰਭੂ ਕਹਿੰਦੇ ਨੇ ਨਾ ਨਾ ਬੁੱਤ ਪ੍ਰਸਤੀ ਕਰਨ ਵਾਲੇ ਨਾ ਹੀ ਮੂਰਤੀ ਪੂਜਕ ਨਾ ਚੋਰ ਨਾ ਹੀ ਭੋਗ ਬਿਲਾਸ ਕਰਨ ਵਾਲੇ ਸਵਰਗ ਦੇ ਰਾਜ ਵਿੱਚ ਨਹੀਂ ਵੜਨਗੇ ਸਵਰਗ ਦੇ ਰਾਜ ਵਿੱਚ ਉਹ ਵੜਨਗੇ ਜਿਹੜੇ ਬੁੱਧ ਦੇ ਅਨੁਸਾਰ ਚੱਲਦੇ ਨੇ ਜਿਹੜੇ ਯਹੋਵਾ ਪਰਮੇਸ਼ਵਰ ਦੀ ਪਾਸਨਾ ਕਰਦੇ ਨੇ ਤੇ ਯਿਸੂ ਨੂੰ ਆਪਣਾ ਵਿਚੋਲਾ ਬਣਾ ਕੇ ਤੇ ਫਿਰ ਉਹਦੇ ਦੱਸੇ ਹੋਏ ਰਸਤੇ ਤੇ ਚੱਲਦੇ ਨੇ ਮੇਰੇ ਭੈਣ ਭਰਾਓ ਪ੍ਰਭੂ ਕਹਿੰਦਾ ਚੌਕਸੀ ਦੇ ਨਾਲ ਚਲੋ ਕਿੱਦਾਂ ਚੱਲੋ ਸਾਨੂੰ ਕਿੱਦਾਂ ਚੱਲਣਾ ਚਾਹੀਦਾ ਚਲੋ ਇੱਕ ਸਾਡੇ ਮੈਂ ਟੀਵੀ ਤੇ ਆਉਂਦੇ ਨੇ ਕਦੇ ਕਦੇ ਮੈਂ ਵੀ ਉਹਨਾਂ ਨੂੰ ਦੇਖਦਾ ਹੈ ਉਹ ਹਰ ਇੱਕ ਨੂੰ ਕਹਿੰਦੇ ਨੇ ਕਿਰਪਾ ਆ ਰਹੀ ਆ ਕਹਿੰਦੇ ਨੇ ਕਿਰਪਾ ਆ ਰਹੀ ਆ ਮੈਂ ਕਈ ਵਾਰੀ ਬਲਾਸੀ ਦੀ ਮੰਮੀ ਨੂੰ ਕਹਿੰਦਾ ਕਿ ਦਰਵਾਜ਼ਾ ਖੋਲ ਦੇ ਕਿਰਪਾ ਆ ਰਹੀ ਆ ਫਿਰ ਬਾਬਾ ਜੀ ਦੇ ਸਾਹਮਣੇ ਪਤਾ ਦੋ ਦੋ ਮੈਟ ਫੜ ਕੇ ਬਾਬਾ ਜੀ ਮੈਂ ਬੜੀ ਦੁਖੀ ਆ ਮੈਂ ਬੜੀ ਦੁਖੀ ਆ ਬਾਬਾ ਜੀ ਮੈਂ ਬੜੀ ਦੁਖੀ ਆ ਮੈਨੂੰ ਨਾ ਮੈਂ ਕੱਲ ਚਾਹ ਬਣਾਉਣ ਲੱਗੀ ਤੇ ਮੇਰੇ ਤੇ ਨਾ ਚਾਹ ਚ ਮੱਖੀ ਪੈ ਗਈ ਮੈਂ ਬੜੀ ਦੁਖੀ ਆ ਬਾਬਾ ਜੀ ਜਦੋਂ ਮੈਂ ਚਾਹ ਪੀਨੀ ਆ ਜਦੋਂ ਮੈਂ ਕੁਝ ਕਰਦੀ ਆ ਨਾ ਬਾਬਾ ਜੀ ਉਦੋਂ ਹੀ ਏਦਾਂ ਦਾ ਕੁਝ ਹੋ ਜਾਂਦਾ ਹੈ ਉਹ ਪਤਾ ਕੀ ਕਹਿੰਦਾ ਹੈ ਅੱਛਾ ਚਾਹ ਡੁੱਲ ਜਾਂਦੀ ਆ ਚਾਹ ਤੁਸੀਂ ਗਲਾਸ ਚ ਪੀਂਦੇ ਹੋ ਕਿ ਕੱਪ ਚ ਬਾਬਾ ਜੀ ਅਸੀਂ ਕਿਤੇ ਕੱਪ ਚ ਪੀਨੇ ਆ ਹੁਣ ਤੁਸੀਂ ਕੀ ਕਰਨੀ ਆ ਚਾਹ ਕਾਹਦੇ ਚ ਪੀਣੀ ਆ ਕੱਚ ਦੀ ਗਲਾਸੀ ਚ ਪੀਣੀ ਆ ਉਹ ਵੀ ਤੇਰੀ ਛੋਟੀ ਜਿਹੀ ਗਲਾਸੀ ਆ ਤੇ ਜਦੋਂ ਤੁਸੀਂ ਛੋਟੀ ਜਿਹੀ ਗਲਾਸੀ ਚਾਹ ਪੀਵੋਗੇ ਨਾ ਤੇ ਤੁਹਾਡੀ ਚਾਹ ਚ ਮੱਖੀ ਨਹੀਂ ਪਵੇਗੀ ਤੇ ਜਦੋਂ ਤੁਸੀਂ ਗਲਾਸੀ ਚ ਚਾਹ ਪੀਵੋਗੇ ਤੇ ਕਿਰਪਾ ਆ ਜਾਏਗੀ ਅੱਛਾ ਬਾਬਾ ਜੀ ਕਿਰਪਾ ਆ ਜਾਏਗੀ
बाबा जी मैं बड़ा ही दुखी है, की गल है? बाबा जी मैं बड़ा दुखी है। बाबा जी की गल है? बाबा जी ओदा ते जिन्हों के ढाडे दरबार नाल जुड़े हैं ठीक ठाक है, पर पत्नी बड़ी लड़ती है। असा पत्नी नूं कभी पकौड़े खवाए हैं? खवाए हैं बाबा जी, कई बारी खवाए हैं। केड़ी चटनी ना खवाए? लाल ना, हरी चटनी ना खवाए, फिर की आ जाएगी तेरे ते कृपा आ जाए। बोलो हालेलुया, हालेलुया, हालेलुया। मेरियो प्यारियो भैनो, कृपा जेड़ी है ना यीशु मसीह तो बिना कृपा आ ही नहीं सकती। यीशु मसीह दे कोल कृपा लैनी है ना ते तुहानू पकौड़े खवाउण दी जरूरत नहीं आ, सिर्फ प्रभु दे अगे बंदगी करन दी जरूरत आ, दुआ करन दी जरूरत आ, तुहाडे ते की हो जाएगी? कृपा हो जाएगी। अच्छा एक वचन शब्द जल्दी, अपन हुण वचन देना ही नहीं। निर्बुद्धा मांगू नहीं, निर्बुद्धा मांगू नहीं, सगो बुद्धवाना मांगू, सिगो बुद्धवाना मांगू। चलो जे चलना ही हां ते चंगी तरह चलो, जिन्हां दे कोल बुद्ध आ ओही परमेश्वर दी की करदे ने, हर एतवार दे एतवार की करदे ने बंदगी आके करदे ने। ते जेड़े बुद्ध तो कच्चे ने, जिन्हां ने स्वर्ग च नहीं जाना, सिर्फ बाबिया वांगू दुआ कराओ, पास्टर को दुआ कराओ ते चंगे हो जाओ, बस उस तो बाद इन्ना की काम है, और कोई काम हैगा नहीं है। स्वर्ग जाना है, तुसी किथे जाना? बोलो बोलो किथे जाना? तुहाडा निशाना कित्थों दा होवे? चंगियाई दा निशाना नहीं, स्वर्ग दा। जिन्हां दा निशाना चंगियाई दा आ ओह स्वर्ग च जाणगे नहीं आ, क्योंकि समां बहुत ही। अगला वचन फिर पढ़िए, जल्दी जल्दी पढ़ो, इधर ध्यान दो, जल्दी जल्दी बेटा। समय नूं की करो? समय नूं लाभदायक करो। तुहाडे लई समां ने मेरियो प्यारियो भैणो, इस लई जो दिन पूरे समय नूं लाभदायक बना लो। एक एक पल जेड़ा है ना, एक एक पल ओह तुहाडे लई फायदेमंद जे, एक एक पल दा ध्यान रखो, किते मेरा एक पल बेकार ना चलिया जाए, एक पल मेरे मेरा किते नुकसान ना हो जाए। जे मैं बंदगी तो लेट हो गया मेरा मसा जेड़ा वा जेड़ा बाकियां नूं मिल गया वो मैनू मिलना, जेड़ा सब्जेक्ट बाकियां ने लै लिया वो सब्जेक्ट मैनू हुण मिलना नहीं आ। मेरी प्यारियो भैणो, समय नूं लाभदायक करो, चौकसी दे नाल चलो। जदों तुसी चौकसी दे नाल चलोगे, जदों तुसी इस गल दा ध्यान रखोगे ना, जदों तुसी इस गल दा ध्यान रखोगे ना ते मेरी प्यारियो भैणो ता नुकसान नहीं होगा, ताडे बच्चे बीमार नहीं होंगे, ताडे घर च कदे किसी तरह का नुकसान नहीं होगा, तुहानू बरकतां मिलनगियां। ते बरकतां लैण दे ढंग ने चौकसी ना, जदों तुसी बंदगी च भी आओ समय सिर आओ